Surprise! भुख लग गई है करके तो आया ब्रेकफास्ट कर एड्डी जल्दी भुख लगी असि भी खाने सारे ने खा जी बस गड्डी नु भी भुख लगी है ओदा ढिड भी खाली है जमे बाय दा ढिड की कहंदा लोटी दी गड्डी दा ढिड नु तेल दियो परवाज सिंह हां जी किथे चले आपा घुमण किथे चले घुमण घुमण चले दूर दूर चले आ अजे दसना नहीं किथे चले आ दूर चले तो सरप्राइज पता तो लग गया सारे पहुंच के दसना अजे हाँ जी इधर देखो आदि गल करी जाते इन्होंने गल करिए सारे हाय फ्रेंड्स हाय फ्रेंड्स की हाल ने जी थोड़े ਕਿਵੇਂ ਹੋ ਸਾਰੇ ਅਸੀਂ ਚੱਲੇ ਹਾਂ ਜੀ ਅੱਜ ਘੁੰਮਣ ਕਿੱਥੇ ਚੱਲੇ ਘੁੰਮਣ ਆਪਾਂ ਦੂਰ ਚੱਲੇ ਹਾਂ ਹਜੇ ਅਸੀਂ ਦੱਸਣਾ ਨਹੀਂ ਕਿੱਥੇ ਚੱਲੇ ਹਾਂ ਵੈਸੇ ਤੁਸੀਂ ਦੇਖ ਹੀ ਲਿਆ ਕਿੱਥੇ ਚੱਲੇ ਹਾਂ ਥੰਮ ਤਾਂ ਦੇਖ ਹੀ ਲਿਆ ਹੋਣਾ ਤੁਸੀਂ ਇਹਨੂੰ ਪਰ ਥੰਮ ਹਜੇ ਪਤਾ ਨਹੀਂ ਲਾਉਣਾ ਕਿਹੜਾ ਅਸੀਂ ਚੱਲੇ ਹਾਂ ਘੁੰਮਣ ਦੂਰ ਮਾਝੇ ਨੂੰ ਹੋ ਗਈਆਂ ਛੁੱਟੀਆਂ ਹੁਣ ਕਿੰਨੀਆਂ ਛੁੱਟੀਆਂ ਮਾਝੇ ਬਾਹਲੀਆਂ ਛੁੱਟੀਆਂ ਬਾਹਲੀਆਂ ਛੁੱਟੀਆਂ ਫਿਰ ਬਾਹਲੇ ਦਿਨਾਂ ਲਈ ਚੱਲੇ ਹਾਂ ਹੁਣ ਅਸੀਂ ਅਤੇ ਦੇਖੋ ਅਸੀਂ ਕਿੱਥੇ ਕਿੱਥੇ ਜਾਂਦੇ ਹਾਂ ਅਜੇ ਪਤਾ ਨਹੀਂ ਸੀ ਕਿੱਥੇ ਕਿੱਥੇ ਜਾਵਾਂਗੇ ਬਾਅਦ ਨੂੰ ਹੀ ਪਤਾ ਮੈਂ ਇਹਨਾਂ ਸਾਰਿਆਂ ਨੂੰ ਵੀ ਦਿਖਾਵਾਂਗੇ ਹੈ ਨਾ ਕਿੱਥੇ ਕਿੱਥੇ ਚੱਲੇ ਹਾਂ ਆ ਜਾਓ ਫਿਰ ਸਾਡੇ ਨਾਲ ਨਾਲ ਹੈ ਨਾ ਲਓ ਜੀ ਅਸੀਂ ਗੱਡੀ 'ਚ ਤੇਲ ਪਵਾ ਲਿਆ ਬਾਅਦ ਨੇ ਰੋਟੀਆਂ ਖਾ ਲਈਆਂ ਅਸੀਂ ਹਜੇ ਆਪਦਾ ਬ੍ਰੇਕਫਾਸਟ ਕਰਨਾ ਬਾਅਦ ਤਾਂ ਹੁਣ ਸੌਣ ਦੀ ਤਿਆਰੀ 'ਚ ਬੈੱਡ ਬਣਾ ਲਿਆ ਬਾਅਦ ਨੇ ਮਗਰ ਦੇਖੀ ਸਰਾਣਾ ਸਰੂਣਾ ਲਾ ਕੇ ਗੱਦਾ ਲਾ ਕੇ ਪੈਕੇ ਦਿਖਾ ਦਿਓ ਕਿਵੇਂ ਪੂਰਾ ਵਧੀਆ ਦੇਖੀ ਪਿੱਛੇ ਤਾਂ ਮਾਝੇ ਬੈੱਡ ਤੇ ਰਹੇ ਲੈ ਸੌ ਵੀ ਗਿਆ ਮਾਝਾ ਤਾਂ ਇਹ ਥੋੜੇ ਟਾਈਮ ਬਾਅਦ ਹੀ ਪੁੱਛ ਲੈਂਦਾ ਘੁੰਮਣ ਆ ਗਏ ਘੁੰਮਣ ਆ ਗਿਆ ਘੁੰਮਣ ਚੱਲੇ ਹੋਏ ਇਹਨੂੰ ਹੁਣ ਇਹ ਨਹੀਂ ਪਤਾ ਵੀ ਘੁੰਮਣ ਕਿੱਥੇ ਚੱਲੇ ਇਹਨੂੰ ਆਈ ਆ ਵੀ ਜਗ੍ਹਾ ਦਾ ਨਾ ਹੀ ਘੁੰਮਣ ਆ ਕਿਸੇ ਦਾ ਥੋੜੇ ਟਾਈਮ ਬਾਅਦ ਉੱਠ ਕੇ ਕਹਿੰਦਾ ਘੁੰਮਣ ਆ ਗਏ ਪਹੁੰਚ ਗਏ ਘੁੰਮਣ ਆਪਾਂ ਘੁੰਮਣ ਨਹੀਂ ਪੁੱਤ ਪਹੁੰਚੇ ਘੁੰਮਣ ਹਜੇ ਦੂਰ ਘੁੰਮਣ ਹਜੇ ਦੂਰ ਆ ਜਿੱਥੇ ਰੁਕੇ ਨਾ ਹੁਣ ਆਪਾਂ ਰੋਟੀ ਖਾਵਾਂਗੇ ਉਦੋਂ ਫਿਰ ਤੈਨੂੰ ਉਠਾਵਾਂਗੇ ਠੀਕ ਆ ਰੋਟੀ ਅੱਗੇ ਜਾ ਕੇ ਖਾਂਦੇ ਆਪਾਂ ਜਦੋਂ ਪਹਾੜ ਸ਼ੁਰੂ ਹੋ ਗਏ ਉੱਥੇ ਜਾ ਖਾਵਾਂਗੇ ਕਿੱਥੇ ਸ਼ੁਰੂ ਹੋ ਗਏ ਹਜੇ ਤਾਂ ਆਪਾਂ ਹਜੇ ਨਹੀਂ ਹੈਗੇ ਜਦੋਂ ਸ਼ੁਰੂ ਹੋ ਗਏ ਤੈਨੂੰ ਦੱਸਾਂਗੇ ਪਰ ਉੱਥੇ ਮੰਕੀ ਵੀ ਹੋਣਗੇ ਛੋਟੇ ਛੋਟੇ ਮੰਕੀ ਤੇਰੇ ਵਰਗੇ ਵੱਡਾ ਵੱਡੇ ਵੀ ਹੋਣਗੇ ਫਿਰ ਉੱਥੇ ਖਾਣਾ ਪਾਉਣਾ ਚਾਹੀਦਾ ਇਹਨਾਂ ਨੂੰ ਬਿਸਕੁਟ ਬ੍ਰੈਡ ਠੀਕ ਆ ਪਰ ਇੱਦਾਂ ਰੋਡ 'ਤੇ ਨਾ ਪਾਓ ਤੁਰੇ ਜਾਂਦੇ ਇੱਦਾਂ ਨਾ ਸੱਟੋ ਕਿਉਂਕਿ ਉਹ ਰੋਡ 'ਤੇ ਆਉਂਦਾ ਖਾਣਾ ਅਤੇ ਉਹ ਫਿਰ ਚੱਕਣ ਆਉਂਦੇ ਆ ਰੋਡ 'ਤੇ ਉੱਦਾਂ ਹੀ ਕੋਈ ਤੇਜ਼ ਗੱਡੀ ਆਉਂਦੀ ਆ ਤਾਂ ਉਹਦੇ ਨਾਲ ਮਰਦੇ ਆ ਰੁੱਕ ਕੇ ਪਾ ਦਿਓ ਸਾਈਡ 'ਤੇ ਕਿਤੇ ਵੀ ਖਾਲੀ ਜਗ੍ਹਾ ਹੈਗੀ ਆ ਨਾ ਇੱਕ ਜਗ੍ਹਾ ਪਾ ਦਿਓ ਇੱਦਾਂ ਨਾ ਸੱਟਦੇ ਜਾਓ ਹੈ ਕਿ ਨਹੀਂ ਬਾਜ ਛੋਟੇ ਛੋਟੇ ਆ ਨਾ ਵਿਚਾਰੇ ਫਿਰ ਉਹ ਚੱਕਣ ਆਉਂਦੇ ਆ ਫਿਰ ਉੱਧਰ ਕੋਈ ਗੱਡੀ ਆ ਗਈ ਫਿਰ ਮਰ ਜਾਣਗੇ
ਇਦਾਂ ਨਾ ਕਰਿਆ ਕਰੋ ਹਨਾ ਫਿਰ ਹੋਰ ਮੱਕੀ ਨਹੀਂ ਆਣੇ ਹਾਂ ਫਿਰ ਮੱਕੀ ਹੋਰ ਕਿੱਥੋਂ ਆਣਗੇ ਮਰ ਜਾਣਗੇ ਆਏ ਤਾਂ ਜੇ ਉਹਨਾਂ ਨੂੰ ਖਾਣਾ ਪਾਉਣਾ ਤਾਂ ਸਾਈਡ ਤੇ ਰੋਕ ਕੇ ਫੇਰ ਪਾਓ ਹਾਂ ਇਧਰ ਦੇਖ ਕੇ ਇਧਰ ਦੇਖ ਕੇ ਦੱਸੋ ਕਿੱਥੇ ਆ ਗਏ ਖਾਣ ਪੀਣ ਆਏ ਕਲੇ ਖਾਣ ਪੀਣ ਲੈ ਲੈ ਦੱਸੀ ਲੈ ਦੱਸੀ ਲਓ ਜੀ ਅਸੀਂ ਆ ਗਏ ਖਾਣ ਪੀਣ ਵਾਲੇ ਘਰੇ ਬਾਜ ਦੇ ਕਹਿਣ ਦੇ ਮੁਤਾਬਕ ਹੈ ਨਾ ਹੁਣ ਅਸੀਂ ਇੱਥੇ ਖਾਵਾਂਗੇ ਰੋਟੀ ਰੋਟੀ ਖਾ ਕੇ ਫਿਰ ਚੱਲਾਂਗੇ ਅੱਗੇ ਠੀਕ ਹੈ ਰੋਟੀ ਪਾਣੀ ਖਾ ਕੇ ਇੱਕ ਬੰਦਾ ਸਾਡਾ ਢਿੱਲਾ ਉਹਨੂੰ ਆਪਾਂ ਮਗਰ ਕਰਤਾ ਟਾਈਮ ਹੋ ਗਿਆ ਜੀ 2:30 ਵੱਜ ਗਏ ਨੇ ਪੂਰੇ ਪੂਰੇ ਅਤੇ 273 ਕਿਲੋਮੀਟਰ ਆਪਾਂ ਆ ਗਏ ਠੀਕ ਹੈ ਜੀ ਥੋੜ੍ਹੀ ਦੂਰ ਹੋਰ ਜਾਣਾ ਥੋੜ੍ਹੀ ਦੂਰ ਮਤਲਬ 150 ਕਿਲੋਮੀਟਰ ਹੋਰ ਜਾਣਾ ਆਪਾਂ ਫਿਰ ਜਾ ਕੇ ਰੁਕਦੇ ਹਾਂ ਸਟੇਅ ਕਰਦੇ ਹਾਂ ਦਿਖਾਉਂਦੇ ਤੁਹਾਨੂੰ ਕੈਂਟ ਵਿਊ ਕਰ ਲਈਆਂ ਨੀਂਦਾਂ ਪੂਰੀਆਂ ਤੁਸੀਂ ਕਿੰਨਾ ਸੁੱਤੇ ਬਹੁਤ ਸੁੱਤੇ ਹੈ ਨਾ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਆ ਗਏ ਘੁੰਮਣ 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 ਕੋਲ ਆ ਗਏ ਕਿ ਨਹੀਂ ਹਜੇ ਆ ਗਏ ਅਜੇ ਦੂਰ ਆ ਪਤਾ ਥੋੜ੍ਹਾ ਜਿਹਾ ਹਜੇ ਹੈਗਾ 36 ਕਿਲੋਮੀਟਰ ਪਿਆ ਘੁੰਮਣਾ ਲਓ ਜੀ ਹਰਵਾਜ ਨੇ ਇੱਕ ਲੋਕੇਸ਼ਨ ਨਾ ਵੈਸੇ ਹੀ ਇਹਨੇ ਅਸੀਂ ਕਿਹਾ ਵੀ ਘੁੰਮਣ ਚੱਲੇ ਹਾਂ ਹੁਣ ਇਹਨੂੰ ਵਿਚਾਰੇ ਨੂੰ ਇਹ ਤਾਂ ਪਤਾ ਨਹੀਂ ਵੀ ਕਿੱਥੇ ਚੱਲੇ ਹਾਂ ਇਹਦੇ ਭਾਅ ਦਾ ਵੀ ਜਗ੍ਹਾ ਦਾ ਨਾ ਹੀ ਘੁੰਮਣ ਸਵੇਰ ਦਾ ਹੀ ਕਰੀ ਜਾਂਦਾ ਘੁੰਮਣ ਕਦੋਂ ਆਊਗਾ ਘੁੰਮਣ ਦੇ ਲਈ ਕਿੰਨੀ ਦੂਰ ਆ ਘੁੰਮਣ ਹਜੇ ਕਿੰਨੀ ਦੂਰ ਗੱਡੀਆਂ ਰੁਕ ਗਈਆਂ ਜਾਮ ਲੱਗਿਆ ਪਿਆ ਹਨੇਰਾ ਹੋ ਜਾਣਾ ਸਾਨੂੰ ਘੁੰਮਣ ਤੱਕ ਪਹੁੰਚਦੇ ਨੂੰ ਉਹਨਾਂ ਨੂੰ ਵੀ ਹਨੇਰਾ ਹੋ ਜਾਣਾ ਇਹਨਾਂ ਨੂੰ ਵੀ ਹੋ ਜਾਣਾ ਉਹ ਮਗਰਲਿਆਂ ਨੂੰ ਵੀ ਹੋ ਜਾਣਾ ਸਾਰਿਆਂ ਨੂੰ ਹਨੇਰਾ ਹੋ ਜਾਣਾ ਫੇਰ ਹੁਣ ਆਪਾਂ ਆ ਲੈਣ ਜਾਵਾਂਗੇ ਲਓ ਜੀ ਆਪਾਂ ਹੈਗੇ ਆ ਡੈਸਟੀਨੇਸ਼ਨ ਤੋਂ 26 ਕਿਲੋਮੀਟਰ ਦੂਰ ਤੇ 26 ਕਿਲੋਮੀਟਰ ਦਿਖਾ ਰਿਹਾ 1 ਘੰਟਾ 17 ਮਿੰਟ ਚ ਤੇ ਜਾਮ ਲੱਗਿਆ ਬਹੁਤ ਜ਼ਿਆਦਾ ਪਤਾ ਨਹੀਂ ਕੋਈ ਚੱਕਰ ਪਏਗਾ ਲੱਗਦਾ ਅੱਗੇ 26 ਕਿਲੋਮੀਟਰ ਹੈ ਤਾਂ ਥੋੜ੍ਹਾ ਹੀ ਜਾਣਾ ਜੇ ਜਾਮ ਖੁੱਲ੍ਹ ਜੇ ਤਾਂ ਨਹੀਂ ਫਿਰ ਇੱਥੇ ਹੀ ਵੇਟ ਕਰਨੀ ਪਊ ਕਰ ਰਹੇ ਹਾਂ ਵੇਟ ਸਾਰੇ ਲੱਗੇ ਹੋਏ ਪਿੱਛੇ ਹੋਰ ਗੱਡੀਆਂ ਆ ਗਈਆਂ ਹੋ ਹਨੇਰਾ ਹੋ ਜਾਣਾ ਇੱਥੇ ਮੈਨੂੰ ਸੀਗਾ ਵੀ ਦਿਨੇ ਦਿਨੇ ਜਾ ਕੇ ਉੱਥੇ ਥੋੜ੍ਹੇ ਬਹੁਤ ਸ਼ਾਟ ਲੈਂਦੇ ਹਾਂ ਚੱਕੋ ਜੀ ਚੱਕੋ ਸਮਾਨ ਚੱਲੂ ਅੱਜ ਗੱਡੀ 'ਚ ਹੀ ਹੁਣ ਦੀ ਤਾਂ ਭੁੱਖ ਮਿਟਾਈਏ ਥੋੜ੍ਹੇ ਜਿਹੇ ਲੇਟ ਹੋ ਗਏ ਟ੍ਰੈਫਿਕ ਬਹੁਤ ਜ਼ਿਆਦਾ ਸੀ ਜਿਵੇਂ ਤੁਸੀਂ ਉਹ ਸ਼ਾਰਟ 'ਚ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਕਿੰਨਾ ਜ਼ਿਆਦਾ ਟ੍ਰੈਫਿਕ ਆ ਅਤੇ ਅਸੀਂ ਲੇਟ ਹੋ ਗਏ ਤਾਂ ਕਰਕੇ ਅਤੇ ਹੁਣ ਕੋਈ ਵਿਊ ਦਾ ਹੁਣ ਤਾਂ ਕੋਈ ਆਉਣਾ ਨਹੀਂ ਗਾ ਇਹਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ ਕੱਲ੍ਹ ਮੋਰਨਿੰਗ ਉੱਠ ਕੇ ਤੁਹਾਨੂੰ ਦਿਖਾਉਂਦੇ ਹਾਂ ਘੈਂਟ ਘੈਂਟ ਵਿਊ ਓਕੇ ਗੁੱਡ ਨਾਈਟ ਕਰਦੀ ਇਹਨਾਂ ਨੂੰ ਕੱਲ੍ਹ ਮਿਲਦੇ ਹਾਂ ਨਵੇਂ ਸ਼ਾਰਟ ਕੈਮਰਾ ਓਕੇ ਗੁੱਡ ਨਾਈਟ ਹੈ